ਪਟਿਆਲੇ ਸ਼ਹਿਰ ਦੇ ਵਿੱਚ Hindu ਸਮਾਜ ਦੀਆਂ ਮੰਗਾਂ ਨੂੰ ਲੈ ਕੇ ਗਊ ਮਾਤਾ ਦੀਆਂ ਮੰਗਾਂ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਬੜੀ ਦੇਰ ਤੋਂ ਕੰਮ ਕਰਦੀ ਆਈ ਹੈ। ਪਿਛਲੇ ਦਿਨੀ ਸ਼ਿਵ ਸੈਨਾ ਪੰਜਾਬ ਦੀ ਜ਼ਿਲ੍ਹਾ ਪਟਿਆਲੇ ਦੀ ਇਕਾਈ ਭੰਗ ਕਰ ਦਿੱਤੀ ਸੀ। ਅੱਜ ਸ਼ਿਵ ਸੈਨਾ ਪੰਜਾਬ ਦੀ ਪਟਿਆਲਾ ਡਿਸਟ੍ਰਿਕਟ ਅਤੇ ਪੰਜਾਬ ਦੇ ਕੁਛ ਨਵੀਆਂ ਨਿਯੁਕਤੀਆਂ ਕਰਨ ਵਾਸਤੇ ਅਸੀਂ ਪਟਿਆਲੇ 'ਚ ਆਏ ਹਾਂ। ਸਾਨੂੰ ਖੁਸ਼ੀ ਆ ਵੀ ਸਾਡੀ ਇੱਥੇ ਦੀ ਜਿਹੜੀ ਟੀਮ ਸ਼ਿਵਾ ਜੀ, ਗੁਰਦੇਵ ਜੀ, ਸੰਜੀਵ ਰਾਜਪੁਰਾ ਜੀ, ਡਾਕਟਰ ਵਿਨੋਦ ਚੌਹਾਨ ਅਤੇ ਬੜੇ ਵਧੀਆ ਤਰੀਕੇ ਨਾਲ 10 ਸਾਲ ਤੋਂ ਸ਼ਿਵ ਸੈਨਾ ਪੰਜਾਬ ਦੀ ਬਾਗਡੋਰ ਸੰਭਾਲ ਕੇ ਝੰਡਾ ਲੈ ਕੇ ਬੜਾ ਉੱਚਾ ਕੀਤਾ। ਬੜੇ ਘੱਟ ਸਮੇਂ ਦੇ ਵਿੱਚ ਸ਼ਿਵ ਸੈਨਾ ਪੰਜਾਬ ਨੇ ਆਪਣੀ ਪਹਿਚਾਣ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ, ਚੰਡੀਗੜ੍ਹ 7 ਸਟੇਟਾਂ ਦੇ ਵਿੱਚ ਆਪਣਾ ਝੰਡਾ ਲਹਿਰਾਇਆ। ਅਸੀਂ ਜਿਹੜੀ ਬਾਲਾ ਸਾਹਿਬ ਠਾਕਰੇ ਦੀ ਸ਼ਿਵ ਸੈਨਾ ਸੀ ਉਹ ਸ਼ਿਵਾਜੀ ਮਹਾਰਾਜ ਦੇ ਸੰਬੰਧਿਤ ਸੀ। ਅਸੀਂ ਸ਼ਿਵਜੀ ਭਗਵਾਨ ਦੇ ਨਾਮ 'ਤੇ ਸ਼ਿਵ ਸੈਨਾ ਪੰਜਾਬ ਦਾ ਨਾਮ ਗਠਿਤ ਕੀਤਾ ਸੀ। ਸ਼ਿਵ ਸੈਨਾ ਪੰਜਾਬ ਨੇ 12 ਸਾਲ 'ਚ ਉਹ ਕੰਮ ਕਰਾਏ ਪੰਜਾਬ ਦੇ ਵਿੱਚ ਜੋ ਹਿੰਦੂ ਸਮਾਜ ਦੇ ਵਿੱਚ ਜਿਹੜੇ ਸਾਡੇ ਟੈਕਸ ਸੀਗੇ ਉਹ ਜਦੋਂ ਸਾਡੀ ਅਮਰਨਾਥ ਯਾਤਰਾ ਹੁੰਦੀ ਸੀ ਉਸ ਟਾਈਮ ਅਸੀਂ ਸ਼ਿਵ ਸੈਨਾ ਪੰਜਾਬ ਵੱਲੋਂ ਫ੍ਰੀ ਕਰਾਏ ਗਏ। ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਅਮਰਨਾਥ ਯਾਤਰੀ ਦੀ ਕੋਈ ਵੀ ਟੂਲ ਟੈਕਸ ਨਹੀਂ ਲੱਗਿਆ। ਇਸੇ ਤਰ੍ਹਾਂ ਮਾਤਾ ਦੇ ਨਰਾਤੇ ਦੇ ਵਿੱਚ ਜਿੰਨੇ ਵੀ ਟੂਲ ਟੈਕਸ ਆਉਂਦੇ ਨੇ ਅਸੀਂ ਉਹ ਫ੍ਰੀ ਕਰਾਏ ਨੇ। ਸਾਡੇ ਲੁਧਿਆਣੇ ਦੇ ਵਿੱਚ ਨਗਰ ਨਿਗਮ ਵਾਲਿਆਂ ਨੇ ਮੰਦਰ ਢਾਹਤਾ ਸੀ, ਸ਼ਿਵ ਸੈਨਾ ਪੰਜਾਬ ਨੇ ਲੜਾਈ ਲੜ ਕੇ ਉਹ ਮੰਦਰ ਦੀ ਦੁਬਾਰਾ ਉਸਾਰੀ ਕਰਾਈ, ਉੱਥੇ ਮੰਦਰ ਕਰਾਇਆ। ਗਊ ਰੱਖਿਆ ਵਾਸਤੇ ਅਸੀਂ ਖੁਦ ਜਾ ਕੇ ਜੇਲ੍ਹਾਂ ਕੱਟੀਆਂ ਤਾਂ ਸਰਕਾਰ ਨੇ ਕੁਛ ਜ਼ਮੀਨਾਂ ਬਦਲ ਸਮੇਂ ਕੁਛ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਗਊਸ਼ਾਲਾਵਾਂ ਵਾਸਤੇ। ਬਲਕਿ ਅਸੀਂ ਸਮਰਪਿਤ ਹਾਂ ਆਪਣੇ ਸੂਬੇ ਵਾਸਤੇ, ਆਪਣੇ ਹਿੰਦੂ ਸਮਾਜ ਵਾਸਤੇ। ਹੁਣ ਵੀ ਸ਼ਿਵ ਸੈਨਾ ਪੰਜਾਬ ਨੇ ਜਿਹੜੇ ਕਲਾਕਾਰ ਸਾਡੇ ਧਾਰਮਿਕ ਉਤਸਵਾਂ 'ਤੇ ਦੂਏ ਗੀਤ ਗਾਉਂਦੇ ਨੇ, ਸ਼ਰਾਬੀਆਂ ਵਾਲੇ ਜਾਂ ਦੂਸਰੇ, ਉਹਨਾਂ ਦੇ ਖਿਲਾਫ਼ ਪਹਿਲਾਂ ਰਣਜੀਤ ਬਾਵੇ ਨੇ ਕਿਹਾ ਸੀ ਵੀ ਸ਼ਿਵਜੀ ਮਹਾਰਾਜ 'ਤੇ ਇੱਕ ਟਿੱਪਣੀ ਕਰੀ ਸੀ, ਅਸੀਂ ਉਹਦੇ ਖਿਲਾਫ਼ 295A ਦਾ ਪਰਚਾ ਦਰਜ ਕੀਤਾ। ਇੱਕ ਨਵਾਂ ਸ਼ਹਿਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਮੈਡਮ ਸ਼ਿਵਜੀ ਮਹਾਰਾਜ ਬਾਰੇ ਸਕੂਲ ਦੇ ਵਿੱਚ ਟੀਚਰ ਸੀ, ਉਹਨੇ ਬੱਚਿਆਂ ਨੂੰ ਗਲਤ ਬੋਲਿਆ, ਉਹਦੇ ਖਿਲਾਫ਼ ਅਸੀਂ ਪਰਚਾ ਦਰਜ ਕਰਾਇਆ। ਅਤੇ ਹੁਣ ਨਵਾਂ ਗਣੇਸ਼ ਉਤਸਵ 'ਤੇ ਜੀ ਖਾਨ ਇੱਕ ਕਲਾਕਾਰ ਜਿਹੜਾ ਉਹਨੇ ਗਲਤ ਟਿੱਪਣੀ ਕੀਤੀ, ਅਸੀਂ ਉਹ 'ਤੇ ਵੀ ਪਰਚਾ ਦਰਜ ਕਰਾਇਆ। ਅਸੀਂ ਅੱਜ ਦੱਸਣਾ ਚਾਹੁੰਦੇ ਹਾਂ ਵੀ ਸਾਡਾ ਪਵਿੱਤਰ ਤਿਉਹਾਰ ਦੁਸਹਿਰਾ ਆ ਰਿਹਾ, ਉਹ ਤੋਂ ਪਹਿਲਾਂ ਰਾਮਲੀਲਾ ਦੀ ਖੇਡ ਖੇਡਿਆ ਜਾਂਦਾ ਹੈ। ਰਾਮ ਜੀ ਦੇ ਚਰਿੱਤਰ ਬਾਰੇ, ਰਾਮ ਜੀ ਦੀ ਸਟੋਰੀ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾਂਦਾ। ਪਰ ਕੁਝ ਲੋਕ ਉਸ ਸਟੇਜ 'ਤੇ, ਧਾਰਮਿਕ ਸਟੇਜ 'ਤੇ ਫਿਲਮੀ ਗਾਣਿਆਂ 'ਤੇ ਡਾਂਸ ਵਗੈਰਾ ਕਰਦੇ ਨੇ, ਸਕਿੱਟਾਂ ਕਰਦੇ ਨੇ। ਸ਼ਿਵ ਸੈਨਾ ਪੰਜਾਬ ਨੇ ਖੁੱਲ੍ਹਾ, ਪਹਿਲਾਂ ਤਾਂ ਅਸੀਂ ਸਰਕਾਰ ਨੂੰ ਅਪੀਲ ਕੀਤੀ ਆ ਵੀ ਕਿਸੇ ਨੂੰ ਵੀ ਪਰਮਿਸ਼ਨ ਨਾ ਦਿੱਤੀ ਜਾਵੇ ਵੀ ਜੋ ਧਰਮ ਰਾਮ ਜੀ ਦੀ ਮਰਿਆਦਾ ਦੇ ਅਨੁਸਾਰ ਉਸ ਸਟੇਜ 'ਤੇ ਕੰਮ ਕਰੇ। ਜੇ ਕੋਈ ਫਿਲਮੀ ਗਾਣੇ 'ਤੇ ਗਾਏਗਾ ਪ੍ਰਸ਼ਾਸਨ ਰੋਕੇਗਾ, ਜੇ ਪ੍ਰਸ਼ਾਸਨ ਨਹੀਂ ਰੋਕਦਾ ਤਾਂ ਸ਼ਿਵ ਸੈਨਾ ਕਾਨੂੰਨ ਤੋਂ ਬਾਹਰ ਜਾ ਕੇ ਵੀ ਉਹਨਾਂ ਨੂੰ ਰੋਕੇਗੀ। ਉਹਦੇ ਲਈ ਸਾਡੇ 'ਤੇ ਚਾਹੇ ਕੋਈ ਵੀ ਕਾਰਵਾਈ ਹੋਵੇ, ਅਸੀਂ ਆਪਣੇ ਧਰਮ ਦੇ, ਆਪਣੇ ਦੇਵੀ ਦੇਵਤਿਆਂ ਦਾ ਅਪਮਾਨ ਨਾ ਬਰਦਾਸ਼ਤ ਕਰਾਂਗੇ, ਨਾ ਕਰਨ ਦੇਵਾਂਗੇ। ਜੇ ਕੋਈ ਕਰੇਗਾ ਅਸੀਂ ਬਿਲਕੁਲ, ਅੱਜ ਅਸੀਂ ਆਪਣੀ ਟੀਮ ਨੂੰ ਵੀ ਇਹ ਫੈਸਲਾ ਲੈ ਚੁੱਕਿਆ ਵੀ ਉਹਦੇ ਲਈ ਜੇ ਕਾਨੂੰਨ ਤੋਂ ਬਾਹਰ ਜਾ ਕੇ ਵੀ ਸਾਨੂੰ ਕੋਈ ਕਦਮ ਚੁੱਕਣਾ ਪਿਆ ਤਾਂ ਅਸੀਂ ਚੁੱਕਣ ਨੂੰ ਤਿਆਰ ਹਾਂ। ਅਸੀਂ ਆਪਣੇ ਸਮਾਜ ਵਾਸਤੇ, ਆਪਣੇ ਧਰਮ ਵਾਸਤੇ ਹਮੇਸ਼ਾ ਅੱਗੇ ਰਹਾਂਗੇ, ਸੇਵਾ ਕਰਦੇ ਹਾਂ ਅਤੇ ਸੇਵਾ ਕਰਦੇ ਰਹਾਂਗੇ। ਕਿੰਨੇ ਮੈਂਬਰ ਆਉਣ ਦਿੱਤੇ? ਅੱਜ ਜਿਹੜੀ ਸ਼ਿਵ ਸੈਨਾ ਦੀ 11 ਮੈਂਬਰਾਂ ਦੀ ਇੱਕ ਟੀਮ ਜਿਹੜੀ ਅਸੀਂ ਬਣਾਈ ਹੈ, ਜਿਹਦੇ ਵਿੱਚ ਅਸੀਂ ਪੰਜਾਬ ਦੇ ਵਾਈਸ ਪ੍ਰਧਾਨ, ਪ੍ਰਚਾਰ ਮੰਤਰੀ, ਲੀਗਲ ਐਡਵਾਈਜ਼ਰ, ਉਹਨਾਂ ਦੀ ਪੂਰੀ ਟੀਮ ਜਿਹੜੀ 11 ਮੈਂਬਰੀ ਦੀ ਅੱਜ ਨਿਯੁਕਤ ਕਰਕੇ ਗਏ ਆ। ਅਤੇ ਅੱਜ ਕੁਛ ਨਵੇਂ ਵੀ ਸਾਡੇ ਵਿੱਚ ਨੌਜਵਾਨ ਸ਼ਿਵ ਸੈਨਾ ਪੰਜਾਬ 'ਚ ਸ਼ਾਮਿਲ ਹੋਏ ਨੇ, ਸਾਡੀਆਂ ਮਹਿਲਾਵਾਂ ਭੈਣਾਂ ਇਹ ਵੀ ਸ਼ਿਵ ਸੈਨਾ 'ਚ ਇਹਨਾਂ ਦਾ ਸਵਾਗਤ ਕਰਦੇ ਆ।